ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ। ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ। ਟੁੱਟੀਆਂ ਲਾਵਾਂ ਵੇਲੇ ਵੰਗਾਂ, ਟੁੱਟੀਆਂ ਲਾਵਾਂ ਵੇਲੇ ਵੰਗਾਂ, ਦਾਦੀ ਮਿੰਦਰ ਕਾਦੀਆਂ। ਜਿਹੜਾ ਤੁਸੀਂ ਵੇਖ ਰਹੇ ਹੋ ਇਹ ਹੈ ਅੰਮ੍ਰਿਤਸਰ ਤੋਂ ਆ ਰਿਹਾ ਨੈਸ਼ਨਲ ਹਾਈਵੇ। ਇਹ ਪਠਾਨਕੋਟ ਨੂੰ ਜਾਂਦਾ ਹੈ, ਇਸ ਇੱਧਰ ਪਠਾਨਕੋਟ ਨੂੰ ਜਾਂਦਾ ਹੈ। ਇਸ ਤੋਂ ਇਹ ਧਾਰੀਵਾਲ ਜਿਹੜਾ ਸ਼ਹਿਰ ਆਉਂਦਾ ਆ ਇਹਦੇ ਉੱਤੇ ਜੀ ਟੀ ਰੋਡ ਦੇ ਉੱਤੇ, ਉੱਤੋਂ ਇਹ ਕਲੀਅਰ ਖੁਰਦ 2 ਕਿਲੋਮੀਟਰ ਦੂਰ ਆ, ਅਤੇ ਇਸ ਨੈਸ਼ਨਲ ਹਾਈਵੇ ਤੋਂ ਲਹਿੰਦੇ ਪਾਸੇ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਿੰਡ ਕਲੇਰ ਖੁਰਦ ਵਸਿਆ ਹੈਗਾ। ਇਹ ਗੁਰਦਾਸਪੁਰ ਤੋਂ 16 ਕਿਲੋਮੀਟਰ ਦੂਰ ਅਤੇ ਸ਼ਹਿਰ ਬਟਾਲਾ ਤੋਂ 14 ਕਿਲੋਮੀਟਰ ਦੂਰ ਹੈ ਇਹ ਪਿੰਡ ਕਲੇਰ ਖੁਰਦ। ਇੱਧਰ ਨੂੰ ਜਾਂਦਾ ਹੈ ਲਿੰਕ ਰੋਡ ਪੈਂਦਾ, ਇੱਧਰ ਨੂੰ ਜਾਂਦਾ ਹੈ। ਇੱਥੋਂ 1 ਕਿਲੋਮੀਟਰ ਦੂਰੀ ਦੇ ਉੱਤੇ ਹੈਗਾ ਇਹ ਪਿੰਡ ਕਲੇਰ ਖੁਰਦ। ਇਹ ਹੈਗੀ ਪਿੰਡ ਕਲੇਰ ਖੁਰਦ ਦੇ ਵਿੱਚ ਮੇਨ ਜਗ੍ਹਾ ਵਿੰਗਲੀ। ਇਹ ਗਲੀ ਉਹ ਆ ਜਿੱਥੇ ਲਾਲਦੀਨ ਜਮਾਲਦੀਨ ਅਤੇ ਜਲਾਲਦੀਨ ਦੇ ਪਿਤਾ ਰਹਿੰਦੇ ਸਨ, ਅੱਲਾ ਰੱਖਾ। ਇਹ ਉਹਨਾਂ ਬਰਾਦਰੀ ਦੀ ਪੂਰੀ ਗਲੀ ਆ, ਜਿਵੇਂ ਪਿੰਡ ਵਾਲਿਆਂ ਦੱਸਿਆ ਸੀ ਗੱਲ ਵੀ ਇਹ ਗਲੀ 'ਚ ਰਹਿੰਦੇ। ਸਾਂਝ ਪੰਜਾਬ ਦੀ ਚੈਨਲ ਦੇਖ ਰਹੇ ਦਰਸ਼ਕੋ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਵਾਲੇਕਮ। ਮੈਂ ਹਾਂ ਤੁਹਾਡਾ ਆਪਣਾ ਤਰਸੇਮ ਸਿੰਘ ਤਰਾਨਾ। ਮੇਰੇ ਨਾਲ ਮੇਰਾ ਕੈਮਰਾਮੈਨ ਬਾਬੂ ਲਖਵਿੰਦਰ ਅਠਵਾਲ। ਅਸੀਂ ਅੱਜ ਦੋਨੋਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਵਿਖੇ। ਇੱਥੇ ਅਸੀਂ ਪਹੁੰਚਾਂਗੇ ਸਰਦਾਰ ਮਹਿੰਦਰ ਸਿੰਘ ਸਰਾਂ ਜੀ ਦੇ ਘਰ, ਜਿਹੜੇ ਹੈ ਤਾਂ ਇੱਥੋਂ ਦੇ ਪੱਕੇ ਵਸਨੀਕ ਔਰ ਇਹਨਾਂ ਨੇ ਮੁਸਲਮਾਨ ਭਾਈਚਾਰੇ ਨਾਲ ਬੜਾ ਮੋਹ ਮੁਹੱਬਤ ਵਾਲਾ ਵਤੀਰਾ ਵਟਾਉਂਦਿਆਂ ਇਹਨਾਂ ਦੇ ਵੜਕਿਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਸੰਨ 47 ਦੀ ਚੰਦਰੀ ਵੰਡ ਵੇਲੇ ਜਿਹੜਾ ਬੜਾ ਮਾਹੌਲ ਖਰਾਬ ਹੋਇਆ ਪਿਆ ਸੀਗਾ ਉਸ ਸਮੇਂ ਦਾ, ਉਹਦੇ ਵਿੱਚ ਬਚਾ ਕੇ ਰੱਖਿਆ ਔਰ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਬੜੇ ਸੁਰੱਖਿਆ ਦੇ ਕੇ ਉਹਨਾਂ ਨੂੰ ਉਹਨਾਂ ਦੇ ਵਤਨ ਜਾਣ ਲਈ ਬਟਾਲਾ ਕੈਂਪ ਵਿੱਚ ਛੱਡ ਕੇ ਆਏ ਸੀਗੇ। ਉਹਨਾਂ ਨੂੰ ਮਿਲਾਂਗੇ, ਉਹਨਾਂ ਨਾਲ ਗੱਲ ਕਰਾਂਗੇ। ਉਸ ਤੋਂ ਬਾਅਦ ਇੱਕ ਹੋਰ ਪਰਿਵਾਰ ਬਾਪੂ ਸਵਰਨ ਸਿੰਘ ਜਿਹੜੇ ਪਾਕਿਸਤਾਨ ਵਾਲੇ ਪਾਸਿਓਂ ਜ਼ਿਲ੍ਹਾ ਸਿਆਲਕੋਟ ਤੋਂ ਆਏ ਸੀਗੇ, ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਕਿਵੇਂ ਇੱਥੇ ਪਹੁੰਚੇ, ਕਿਹਨਾਂ ਕਿਹਨਾਂ ਹਾਲਾਤਾਂ ਦੇ ਵਿੱਚ ਪਹੁੰਚੇ, ਕਿਹਨਾਂ ਕਿਹਨਾਂ ਹਾਲਾਤਾਂ ਦਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਆਓ ਸਭ ਤੋਂ ਪਹਿਲਾਂ ਚੱਲਦੇ ਹਾਂ
बापू सरन सिंह के घर उन्होंने गल करिए उस तो बाद फिर तुहानू बापू महेंद्र सिंह दे नाल मिलाउने आ आओ जी। हाँ जी असी हुण आए हैं जी घर बापू सरन सिंह जी दे जिहड़े सियालकोट जिला दे पिंड मरदाना तहसील पसरूर तो वंड वेले इधर आए सन परिवार के समेत तो इन्हां नाल गल करदे आ इन्हां नूं पुछदे आ इन्हां दे मूंह जबानी इन्हां दी विथिया सुणदे आ। अवतार सिंह बाजवा सन जिन्हां ने पिंड बनिया सारे करते हां सवा चीरा तो सवा एक छीबे तो कर बाकी सब वाही कर दे। बाजवे जिहड़े आ मोटे जिमीदार सी ओह टाइम तीरदार सन उस वेले पिंड दे। ठीक 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 ए तीसरे हिस्से दे मालक करा वाले दे हन कलास वाले वाला पिंड सी ओह तीसरे हिस्से जी हिंदू सिख मुसलमान पिंड च रह रहे अपने भाईचारा कि मिलन वतन कि भाईचारा जी इतना प्रेम सी और भाईचारा का मुसलमान अपनी साडी बलार जेडी आपो साडी वतन भाजी सी लागे जी गोदा है जदाना है बासी आला है फिर पलौना है ठठी है हरदावे है ना फिर दशका है। अच्छा नहीं लग लगे जेड़े फिर पिंड जी बिल्कुल लगे नहीं सिखा दे पिंड किन्ने की लग लगे ये सखा दा पिंड से जी एक ठठी एक अरदावियां एक पलवाना बाकी गोदा एक पिंड ओ च भी मुसलमान ते सिख भी आ गए हां जी जेड़ा साडे पिंड सी इहदे विच भी सिख भी आ गए हन असी ते मुसलमान भी हैगे हन। अच्छा ये दस्सो जेड़े तुहाडे पिंड दे कोई जेड़े हैगे बरादरियां दे जां ओ तरखान जां जेड़े मुसलमान ओ ना याद कोई किहदा ओ जी एक दो ना ना याद आ एक ना इलमदीन सी ते एक ना मेरे ख्याल छीबे दे ना है ओ भी मुसलमान सी। अच्छा बड़ी कोशिश करदे याद करन दी क्योंकि बुजुर्ग अवस्था भी हो गई उम्र भी वडेरी आ ते इन्हां नूं बहुती वारी उह ना याद नहीं रहिंदे कोशिश भी करदे आ पर उह इन्हां दे चेते चो विसर जांदियां ने गल्लां नहीं याद रहिंदे। इक साजना सुंदर सिंह सरदार बाजवा परिवार सी उन्हां तो बिना तुहाडे इत्थे कोई जट नहीं सी रह रहा कोई भी। अच्छा हुण इह दस्सो कि जदों वंड वेले इह गल वापरी है जां उजाड़े पए ने मुल्क दा रंधावे लागे पिंड सी कोई पिंड सी हां जी। अच्छा। डेरे सिखां दा जी। अच्छा
ਉੱਥੇ ਗੁਰਦੁਆਰੇ ਇਕੱਠੇ ਆਏ ਸਾਂ। ਉੱਥੇ ਫਿਰ ਮੁਸਲਮਾਨ ਦੇ ਇੱਕ ਨਵਲ ਕੁੱਲੇ ਆਏਦਾ ਸੀ, ਭਲਵਾਨ ਨਵਲ ਕੁੱਲੇ ਆਏਦਾ। ਨਵਲ ਕੁੱਲੇ ਵਾਲੇ ਕੋਲ ਪਿੰਡ ਲੱਗੇ? ਪਿੰਡ ਦੋਵੇਂ ਪਿੰਡ ਸਨ ਮੁਸਲਮਾਨਾਂ ਦੇ। ਅੱਛਾ, ਲਾਗੇ ਲਾਗੇ ਕੋਈ? ਹਾਂਜੀ। ਅੱਛਾ, ਉੱਥੋਂ ਦਾ ਭਲਵਾਨ ਸੀ ਇੱਕ ਚੌਧਰੀ ਖਵਾਂਦਾ। ਕੀ ਨਾਂ ਉਹਦਾ? ਨਾਂ ਦਾ ਜੀ ਮੈਨੂੰ ਚੇਤਾ ਰਿਹਾ। ਅੱਛਾ, ਉਹਨੇ ਸਾਡੇ ਕੋਲ ਆਣ ਕੇ ਸਹੁੰ ਖਾਧੀ ਪਰ ਜੇ ਸਾਨੂੰ ਜਾਣਾ ਪਓ ਅਸੀਂ ਚਲੇ ਗਏ, ਸਾਨੂੰ ਕੁਛ ਨਾ ਆਖੋ, ਤੇ ਜੇ ਤੁਹਾਨੂੰ ਜਾਣਾ ਪਏ ਤੁਸੀਂ ਚਲੇ ਜਾ, ਅਸੀਂ ਤੁਹਾਨੂੰ ਕੁਛ ਆਦੇ। ਅੱਛਾ, ਉਹ ਦਿਨ ਤੀਹਰਾ ਪਿਆ ਤੇ ਸਾਨੂੰ ਜੈਸਾ ਆਣ ਪਿਆ ਮੁਸਲਮਾਨਾਂ ਦਾ। ਅੱਛਾ, ਉਹ ਰੰਧਾਵੇ ਪਿੰਡ ਦੇ ਵਿੱਚ? ਹਾਂਜੀ ਹਾਂਜੀ। ਅੱਛਾ, ਉਹ ਫਿਰ ਜਿਹਦੇ ਚ ਰਾਹ ਚ ਮੁੰਡਿਆਂ ਨੇ ਫਿਰ ਅਸੀਂ ਤੇ ਨਿਆਣੇ ਉਦੋਂ ਅਜੇ ਚਲੋ 18-17 ਸਾਲਾਂ ਦੇ 20 ਦੇ ਹੋਣਗੇ, ਫਿਰ ਜਿਹੜੇ ਮੁੰਡੇ 94 ਹਨ ਉਹ ਫਿਰ ਗਏ ਆ ਗੁਆਂਢੀ ਜੀ, ਉਹਨਾਂ ਮੁਸਲਮਾਨ ਪੰਜ ਚਾਰ ਮਾਰੇ, ਉਹ ਪੰਜ ਪੈ ਗਏ ਪਿਛਾਂ। ਉਹ ਜਿਹੜਾ ਭਲਵਾਨ ਸੀ ਨਾ ਉਹ ਸਹੁੰ ਖਾ ਕੇ ਨਾਲ ਕੋਲ ਆਈਦਾ, ਉਹਨੂੰ ਫਿਰ ਸਾਡਾ ਭਰਾ ਜਾਗਰ ਸਿੰਘ ਦੱਸਦਾ ਵੀ ਡੇਰੇ ਲਿਆ ਕੇ ਨਾ ਬਾਜੇ ਨਾਲ ਬਾਜੇ ਦੇ ਜਸੇ ਨਾ ਆਏ ਹਨ। ਜਿਹੜਾ ਤੁਹਾਡਾ ਪਿੰਡ ਦੇ ਤੁਸੀਂ ਕਿਹਨਾਂ ਨਾਲ? ਬਾਜਾਪੁਰਾ ਨਾਲ, ਕਲਾਸ ਵਾਲੇ ਨਾਲ ਆਏ ਉਹਨਾਂ ਨਾਲ? ਅਸੀਂ ਨੀ, ਮੇਰੇ ਭਰਾ ਤਿੰਨ ਆਏ ਹਾਂ, ਅਸੀਂ ਤਿੰਨ ਭਰਾ ਮਗਰੋਂ ਆਏ ਹਾਂ। ਅੱਛਾ, ਤੁਸੀਂ ਤਿੰਨ ਭਰਾ ਜਿਹੜੇ ਤੁਹਾਡੇ ਉਹ ਪਹਿਲਾਂ ਆ ਗਏ? ਹਾਂਜੀ ਹਾਂਜੀ ਹਾਂਜੀ। ਅੱਛਾ, ਉਹ ਜਿਹੜੇ ਬਾਜਵਾ ਪਰਿਵਾਰ ਸੀਗਾ ਜਿਹੜਾ ਕਲਾਸ ਵਾਲਾ ਦਾ ਸਰਦਾਰਾਂ ਦਾ ਪਰਿਵਾਰ ਸੀ, ਉਹਨਾਂ ਦੇ ਨਾਲ ਤੁਹਾਡੇ ਤਿੰਨ ਭਰਾ ਆ ਗਏ? ਹਾਂਜੀ ਹਾਂਜੀ। ਤੇ ਨਾਲ ਹੀ ਉਹ ਭਲਵਾਨ ਨੂੰ ਬੰਨ ਲੈਂਦਾ? ਉਹ ਬੰਨ ਲੈਂਦਾ, ਉਹਨੂੰ ਫਿਰ ਡੇਰੇ ਲਿਆ ਕੇ ਤੇ ਇਹਨਾਂ ਵੱਢ ਕੇ ਫਿਰ ਦਰਿਆ ਛੋਟ ਛੋਟ ਜਾ ਉਧਰ ਚੱਲ ਜਾ, ਤੇਰੀ ਸਹੁੰ ਦਾ ਤਬਾਰ ਕੋ ਨੀ ਸਾਨੂੰ। ਤੇ ਜਿਹੜੇ ਤੁਸੀਂ ਤਿੰਨ ਭਰਾ, ਤੁਸੀਂ ਕਿੱਦਾਂ ਆਏ? ਅਸੀਂ ਫਿਰ ਉੱਥੇ ਸਾਡੇ ਹੋਰ ਵੀ ਬੁਲਾਰੀ ਬੜੀ ਸੀ ਜੀ, ਅਜੇ ਸਾਨੂੰ ਫਿਰ ਉਹ ਕੱਕੇ ਜੇ ਆਪ ਲਿਆ ਕੇ ਗੱਡੀਆਂ ਗੋਰਖਾ ਮੇਟੀ ਲਿਆ ਕੇ ਸਾਨੂੰ ਫਿਰ ਅੰਮ੍ਰਿਤਸਰ ਛੱਡ ਕੇ ਗਏ ਕੰਪ ਚ। ਜਿਹੜੇ ਕੱਕੇ ਜੇਈ ਨੇ ਇਹ ਕਿੰਨੇ ਭਰਾ ਸੀਗੇ ਮੁਸਲਮਾਨ? ਇਹ 7 ਭਰਾ ਹਾਂ ਜੀ। ਅੱਛਾ, ਇਹ ਜੱਟ ਸੀਗੇ? ਨਹੀਂ ਜੱਟ ਨੀ ਹਨ, ਹੈ ਹੋਰ ਹੀ ਕੌਮ ਸੀ। ਅੱਛਾ, ਨਹੀਂ ਉਹਨਾਂ ਦੇ ਕੋਈ ਨਾਂ ਯਾਦ ਤੁਹਾਨੂੰ ਕੋਈ? ਨਹੀਂ, ਅਸੀਂ ਕੱਕੇ ਜੇਈ ਉਹਨੂੰ ਆਉਂਦੇ ਰਹੇ, ਐਵੇਂ ਝੂਠ ਮਾਰੀ ਨਾ। ਮਤਲਬ ਪਿੰਡ ਚ ਰਹਿੰਦੇ ਨਹੀਂ ਸੀ, ਕਦੀ ਕਦੀ ਆਉਂਦੇ? ਕਦੀ ਕਦੀ ਠੇਕਾ ਜਦੋਂ ਲੈਂਦੇ ਹਨ ਉਦੋਂ ਆਉਂਦੇ ਹਨ ਸਾਡੇ ਕੋਲ। ਮਤਲਬ ਇਹ ਤੁਹਾਨੂੰ ਮੁੜ ਕੇ ਫਿਰ ਉਹ ਕਿੰਨੇ ਮਹੀਨੇ ਬਾਅਦ ਫਿਰ ਛੱਡ ਗਏ ਤੁਹਾਨੂੰ? ਸਾਨੂੰ 4-5 ਮਹੀਨੇ ਉੱਥੇ ਛੱਡ ਕੇ ਗਏ ਹਨ। ਮਤਲਬ ਤੁਸੀਂ 5-4 ਮਹੀਨੇ ਉੱਥੇ ਪਾਕਿਸਤਾਨ ਬਣਨ ਤੋਂ ਬਾਅਦ ਵੀ ਰਹੇ ਹੋ ਤੇ ਤੁਹਾਨੂੰ ਕੋਈ ਦਿੱਕਤ ਨੀ? ਕੋਈ ਕੋਈ ਡਗੜ ਨੀ ਸਾਨੂੰ ਆਇਆ? ਝੂਠ ਮਾਰ ਦੀ ਸੁਰੱਖਿਆ ਕਿੰਨੇ ਕੀਤੀ ਹੋਈ ਸੀ? ਇਹਨੇ ਕੱਕੇ ਜਾਈ ਨੇ ਮੁਸਲਮਾਨ ਦੇ, ਇਹ ਮਤਲਬ ਜੁਰਤ ਵਾਲੇ ਬੰਦੇ ਸੀ? ਜੁਰਤ ਵਾਲੇ ਬੰਦੇ, ਉਹਨਾਂ ਨੇ ਤੁਹਾਡੇ ਵਾਵਲ ਨੀ ਵੇਖਣ ਤੱਕ? ਉਹਨੇ ਬਿਲਕੁਲ, ਮੈਂ ਕਿਹਾ ਸਾਨੂੰ ਈਦ ਦਾ ਦਿਨ ਆਪ ਬੱਕਰਾ ਲੈ ਕੇ ਦੇ ਕੇ ਗਿਆ। ਅੱਛਾ, ਜਦੋਂ ਈਦ ਦਾ ਦਿਨ ਹੈ ਮੁਸਲਮਾਨਾਂ ਕੋਈ ਚੀਜ਼ ਨੀ ਲੈ ਕੇ ਤੁਸੀਂ ਖਾਣੀ, ਉਹ ਫਿਰ ਸਾਨੂੰ ਇੱਕ ਛੀਂਬਾ ਸੀ ਉਹਨੇ ਬਣਾ ਕੇ ਦਿੱਤੀ ਤੇ ਫਿਰ ਮੁਸਲਮਾਨ ਰਾਤ ਨੂੰ ਸਾਡੇ ਦੁਆਲੇ ਹੋ ਗਏ। ਅਸੀਂ ਸਾਨੂੰ ਮਗਰ ਦਾ ਆਸਰਾ ਸੀ, ਅਸੀਂ ਇਕੱਠੇ ਹੋ ਕੇ ਪੈ ਗਏ। ਫਿਰ ਕੱਕੇ ਜੇ ਨੂੰ ਪਤਾ ਲੱਗਾ ਸਵੇਰੇ ਆਇਆ, ਉਹ ਫਿਰ ਕੋਠੇ ਚੜ੍ਹ ਕੇ ਉਹਨੇ ਆਖਿਆ ਮੁਸਲਮਾਨੋ ਕਾਫ ਲੋ, ਜੇ ਇਹਨਾਂ ਦਾ ਰਜ਼ਾ ਘੁਮਾਏਗਾ ਕੰਨ ਹੋ ਗਏ ਤੁਹਾਨੂੰ ਭੁਣ ਦਿਆਂਗੇ। ਫਿਰ ਸਾਨੂੰ ਬਿਲਕੁਲ ਨੀ ਕਿਸੇ ਨੇ। ਉਹ ਜਿਹੜੇ ਮੁਸਲਮਾਨ ਤੁਹਾਨੂੰ ਪੇਸ਼ ਕੌਣ ਸੀਗੇ? ਉਹ ਜੀ ਸਾਡੇ ਲਾਂਭਦੇ ਪਿੰਡਾਂ ਦੇ ਹਨ। ਅੱਛਾ, ਲਾਂਭਦੇ ਪਿੰਡਾਂ ਦੇ, ਉਹ ਤੁਹਾਨੂੰ ਆਏ ਇਦਾਂ ਪੈਣ ਵਾਸਤੇ? ਹਾਂ ਜੀ, ਪਰ ਤੁਸੀਂ ਝਟਕਾ ਖਾਧਾ। ਅੱਛਾ ਅੱਛਾ, ਝਟਕਾ ਤੁਸੀਂ ਇੱਥੇ ਕਿਉਂ ਕੀਤਾ? ਹਾਂਜੀ ਹਾਂਜੀ ਹਾਂਜੀ। ਤੇ ਉਹ ਜਿਹੜਾ ਕੱਕੇ ਜੇਈ ਜਿਹੜੇ ਸੀ ਉਹਨਾਂ ਤੁਹਾਡੀ ਮਦਦ ਕੀਤੀ? ਮੱਚ ਕੀਤੀ ਜੀ, ਹਾਂਜੀ, ਬਹੁਤ ਮੱਚ ਕੀਤੀ, ਐਵੇਂ ਝੂਠ ਨਹੀਂ ਮਾਰਦਾ। ਅੱਛਾ, ਮਤਲਬ ਮੁਸਲਮਾਨ ਜਿਹੜੇ ਭਾਈਚਾਰਕ ਸਾਂਝ ਸੀ ਉਹ ਬੜੀ ਪਿਆਰ ਬੜੀ ਵਧੀਆ ਸੀ ਉਹਦਾ? ਹਾਂਜੀ ਹਾਂਜੀ ਹਾਂਜੀ। ਅੱਛਾ, ਫਿਰ ਤੁਸੀਂ ਜਿਹੜੇ ਤੁਹਾਡੇ 6 ਭਰਾ ਆਏ ਨੇ, ਪਹਿਲਾਂ ਤਾਂ ਨਾਂ ਦੱਸੋ ਆਪਣੇ ਭਰਾਵਾਂ ਦੇ। ਇਹ ਜੀ ਇੱਕ ਨਾਂ ਜਾਗਰ ਸਿੰਘ, ਇੱਕ ਨਾਂ ਸੁਦਾਗਰ, ਇੱਕ ਨਾਂ ਬਹਾਦਰ, ਇੱਕ ਨਾਂ ਅਮਰ, ਇੱਕ ਨਾਂ ਤੇਜਾ ਸਿੰਘ ਤੇ ਮੇਰਾ ਨਾਂ ਸੁਰ ਸਿੰਘ। ਇਹ ਤੁਹਾਡਾ ਉੱਥੇ ਜਿਹੜਾ ਕੰਮ ਕਾਰ ਸੀਗਾ ਵਪਾਰ ਨਹੀਂ ਸੀ, ਖੇਤੀਬਾੜੀ ਦਾ ਕੰਮ ਸੀਗਾ? ਖੇਤੀ, ਤੁਹਾਡੇ ਪਿਤਾ ਜੀ ਦਾ ਨਾਂ, ਦਾਦੇ ਦਾ ਨਾਂ? ਸੰਤਾ ਹੈ ਜੀ, ਪਿਤਾ ਦਾ ਨਾਂ ਸੰਤਾ ਹੈ ਤੇ ਪਿਤਾ ਦਾ ਨਾਂ ਮਈਆ ਹੈ। ਮਤਲਬ ਨਹੀਂ, ਤੁਹਾਡੇ ਦਾਦੇ ਦਾ ਨਾਂ ਮਈਆ ਸੀ? ਨਾ ਜੀ ਨਾ, ਹਾਂ ਦਾਦੇ ਦਾ ਮਈਆ, ਦਾਦੇ ਦਾ ਮਈਆ ਸੀ। ਇਹ ਜਦੋਂ ਫਿਰ ਤੁਸੀਂ ਉੱਥੋਂ ਤੁਰੇ ਹੋ ਪਿੰਡੋਂ ਤੇ ਉਹ ਤੁਹਾਡੇ ਜਿਹੜੇ ਮੁਸਲਮਾਨ ਪਿੰਡ ਦੇ ਸੀ ਉਹਨਾਂ ਕਿਹਾ ਨੀ ਵੀ ਤੁਸੀਂ ਰਹੋ ਉੱਥੇ ਨਾ ਜਾਓ? ਨਾ, ਸਾਨੂੰ ਅਸੀਂ ਫਿਰ ਆ ਜਾਣਾ ਸੀ, ਉੱਥੇ ਰਹਿਣਾ ਨੀ ਸਾਡਾ, ਜਦੋਂ ਰਿਸ਼ਤੇਦਾਰੀ ਨੀ ਉੱਧਰ ਕੋਈ ਬਣਨੀ ਤਾਂ ਉੱਧਰ ਰਹਿ ਕੇ ਹੀ ਕਰਨਾ। ਨਹੀਂ, ਜਿਹੜੇ ਜਿਹੜੇ ਕੱਕੇ ਜਾਈ ਤੁਸੀਂ ਕਹਿ ਰਹੇ ਹੋ ਮੁਸਲਮਾਨ ਸੀਗੇ, ਉਹਨਾਂ ਨੇ ਨੀ ਕਿਹਾ ਤੁਸੀਂ ਰਹੋ ਨਾ ਜਾਓ? ਨਹੀਂ, ਉਹ ਵਿਚਾਰੇ ਆਪ ਆਉਂਦੇ ਹਾਂ, ਹੁਣ ਤੁਸੀਂ ਚਲੇ ਜਾਓ, ਅਸੀਂ ਛੱਡ ਕੇ ਆਉਂਦੇ ਹਾਂ, ਤੁਹਾਡਾ ਇੱਥੇ ਉਤਾਰਾ ਮੁਸ਼ਕਲ ਜਿਹਾ ਆਉਂਦੇ ਰਾਖੀ ਕਿੰਨਾ ਚਿਰ ਤੁਹਾਡੀ ਕਰਾਂਗੇ। ਹਾਂਜੀ, ਆਹ ਗੱਲ। ਤੇ ਫਿਰ ਤੁਸੀਂ ਉੱਥੋਂ ਤੁਹਾਨੂੰ ਟਰੱਕ ਤੇ ਕਿੱਥੇ ਛੱਡ ਗਏ ਹੋ? ਸਾਨੂੰ ਸਿਆਲਕੋਟ ਕੰਪ ਛੱਡ ਕੇ ਗਏ, ਉੱਥੋਂ ਫਿਰ ਮਾਲ ਗੱਡੀ ਚ ਅਸੀਂ ਆਏ। ਅੱਛਾ, ਉਹ ਕੈਂਪ ਛੱਡ ਗਏ, ਕੈਂਪ ਤੋਂ ਕਿੰਨੇ ਦਿਨ ਰਹੇ ਉੱਥੇ? ਕੈਂਪ ਚ 3-4 ਦਿਨ ਰਿਹਾ। ਅੱਛਾ, ਉਹ ਤੋਂ ਠੀਕ ਸੀ ਰੋਟੀ ਪਾਣੀ ਦਾ? ਹਾਂ, ਬਿਲਕੁਲ ਠੀਕ ਸੀ। ਅੱਛਾ, ਤੇ ਜਦੋਂ ਤੁਸੀਂ ਮੁੜ ਕੇ ਇੱਧਰ ਆ ਗਏ, ਅੱਛਾ ਇਹ ਦੱਸੋ ਵੀ ਜਿਹੜਾ ਤੁਹਾਡਾ ਘਰਾਂ ਦਾ ਜੇ ਮਾਲ ਡੰਗਰ ਸੀਗਾ, ਹੋਰ ਕੋਈ ਨਗਦੀ ਕੋ ਥੋੜਾ ਬਹੁਤਾ ਪੈਸਾ ਧੇਲਾ ਸੀਗਾ, ਉਹ ਦਾ ਕੀ ਬਣਿਆ ਉੱਥੇ? ਉਹ ਐਵੇਂ ਝੂਠ ਮਾਰੇ, ਅਸੀਂ ਡੰਗਰ ਤੇ ਵਿਛਾ ਛੱਡਿਆ ਸੀ ਉੱਧਰ, ਤੇ ਜਿਹੜਾ ਮਾਲ ਨਗਦ ਸਾਨੂੰ ਹੋਰ ਕਿਸ ਗੱਲ ਦੇ ਡੰਗਰ ਸਾਨੂੰ ਤੋਂ
ਕੱਕੇ ਜੀ ਜਾਂਦੇ ਫਿਰ ਜਿਹੜੀ ਮਰਜ਼ੀ ਨਾ ਜੁੱਲੀ ਕੋਈ ਰਹਿੰਦੇ ਨੇ ਰਹਿਣ ਦਿਓ ਨਹੀਂ ਸਭ ਕੋਲ ਲੱਦ ਕੇ ਲੈ ਜਾਓ ਸਾਨੂੰ ਡੱਕ ਨਹੀਂ ਇਸ ਗੱਲ ਤੁਹਾਡਾ ਕੋਈ ਸਮਾਨ ਰਿਹਾ ਨੀ ਸਾਰਾ ਕੁਝ ਆਪਣੀ ਮਰਜ਼ੀ ਨੇ ਛੱਡਿਆ ਜਿਹੜਾ ਛੱਡਿਆ ਉਹੋ ਜਿਹੀ ਚੀਜ਼ ਆ ਨਹੀਂ ਤਾਂ ਹੋਰ ਅਸੀਂ ਸਭ ਕੋਈ ਭਾਂਡਾ ਟੀਂਡਾ ਸਭ ਕੁਝ ਲਿਆਇਆ ਸਰ ਇਹ ਜਿਹੜੀ ਉਹ ਤੋਂ ਬਾਅਦ ਤੁਸੀਂ ਸਿਆਲਕੋਟ ਆ ਗਏ ਤਿੰਨ ਦਿਨ ਤੋਂ ਬਾਅਦ ਮੁਰਗੇ ਟਲੱਕ ਤੇ ਫਿਰ ਕਿੱਥੇ ਛੱਡ ਗਏ ਫਿਰ ਸਾਨੂੰ ਜੀ ਮਾਲ ਗੱਡੀ ਚ ਬੈਠਿਆ ਹੈ ਫਿਰ ਸਾਨੂੰ ਆਏ ਅਸੀਂ ਅਟਾਰੀ ਨੂੰ ਅਟਾਰੀ ਆਣ ਕੇ ਫਿਰ ਅਸੀਂ ਲੰਗਰ ਪੰਡ ਛਕਿਆ ਸਾਡੇ ਪਿੰਡੋਂ ਇੱਕ ਘੁਮਿਆਰ ਮੁੰਡਾ ਸੀ ਉਹਨੂੰ ਅਸੀਂ ਡੱਕ ਰਹੇ ਸੁੰਦਰੀ ਸੀ ਉਹਦੇ ਨਾਲ ਡੱਕ ਰਹੇ ਪਰ ਨਾ ਜਾ ਲਾਗੇ ਪਲਵਾਣਾ ਸੀ ਉੱਥੋਂ ਦੇ ਖੱਤਰੀ ਬੜੇ ਸੌਖੇ ਹਨ ਉਹਨਾਂ ਨੂੰ ਲੁੱਟੇ ਚੜ ਗਿਆ ਅਸੀਂ ਡੱਕ ਰਹੇ ਪਰ ਨਾ ਜਾ ਉੱਥੋਂ ਫਿਰ ਮੁਸਲਮਾਨਾਂ ਨੇ ਉਹਨੂੰ ਡੱਕਿਆ ਪਰ ਨਾ ਚੁੱਕ ਸੁੰਦਰਾ ਪੇਟੀ ਇਹਨੇ ਸਾਡੀ ਪੇਟੀ ਅਸੀਂ ਚੁੱਕੀ ਅੱਗੇ ਨਾ ਉਹਨੇ ਚੇਕਟ ਚੁੱਕੀ ਪਿੰਡੋਂ ਬਾਹਰ ਆਇਆ ਉਹਨੂੰ ਉਦੋਂ ਬਰਛਿਆ ਡਾਹ ਕੇ ਉਹਨਾਂ ਮਾਰਤਾ ਜਿਨ੍ਹਾਂ ਦੇ ਪਿੰਡੋਂ ਚੁੱਕ ਕੇ ਲਿਆ ਗਿਆ ਸੀ ਮਤਲਬ ਗਲਤ ਕੰਮ ਆਪ ਹੀ ਕਰ ਰਿਹਾ ਸੀ ਮਤਲਬ ਉਂਝ ਉਹਨਾਂ ਨੂੰ ਕੋਈ ਗੱਲ ਨਹੀਂ ਸੀ ਨਾ ਨਾ ਮਤਲਬ ਇਹਦਾ ਮਤਲਬ ਜਿਹੜੇ ਮੁਸਲਮਾਨ ਵਸਦੇ ਸੀ ਚੰਗੇ ਲੋਕ ਸੀਗੇ ਚੰਗੇ ਹਜੇ ਸਾਡਾ ਤੇ ਬਹੁਤ ਚੰਗੇ ਸੀ ਤਾਂ ਮੁੜ ਕੇ ਜਦੋਂ ਦੁਸ਼ਮਣੀ ਪੈ ਗਏ ਉਹ ਭਲਵਾਨ ਸਾਡਾ ਮਾੜਾ ਵਰਚਾ ਹੋਰ ਨਹੀਂ ਕੋਈ ਮਾੜਾ ਅੱਛਾ ਇੱਕ ਦੱਸੋ ਵੀ ਪਹਿਲਾਂ ਸਾਰੇ ਪਿਆਰ ਨਾਲ ਲੋਕ ਰਹਿ ਰਹੇ ਸੀ ਬੜੇ ਮੁਹੱਬਤ ਨਾਲ ਸਾਰੇ ਮੁਸਲਮਾਨ ਵੀ ਹਿੰਦੂ ਵੀ ਸਿੱਖ ਵੀ ਸਾਰੇ ਆਪ ਆਪਣਾ ਕਿੱਤਾ ਕਰਦੇ ਰੋਟੀ ਖਾ ਰਹੇ ਤੇ ਜਦੋਂ ਇਹ ਦੇਸ਼ ਦੀ ਵੰਡ ਹੋਈ ਕੀ ਹੋ ਗਿਆ ਇਕਦਮ ਇਹਨਾਂ ਨੂੰ ਲੁੱਟਣ ਲੱਟਣ ਵਾਸਤੇ ਹੋਰ ਕੀ ਮਤਲਬ ਲੁਟੇਰਿਆਂ ਦਾ ਕੰਮ ਸੀ ਜਿਹੜੇ ਧਰਮ ਤੋਂ ਗਿਰੇ ਹੋਏ ਸੀ ਚਾਹੇ ਉਹ ਸਿੱਖ ਵੀ ਹੋ ਸਕਦੇ ਆ ਮੁਸਲਮਾਨ ਵੀ ਹੋ ਸਕਦੇ ਆ ਹਿੰਦੂ ਵੀ ਉਹ ਚੰਗੇ ਲੋਕ ਸੀ ਸਾਰੇ ਤੇ ਜਦੋਂ ਤੁਸੀਂ ਇੱਧਰ ਆਏ ਹੋ ਘਰ ਛੱਡਣ ਦਿਲ ਤਾਂ ਨੀ ਕਰਦਾ ਨਾ ਥੋੜੀ ਕੀਤੀ ਨਾ ਜੀ ਘਰ ਠੀਕ ਹੈ ਅਜੇ ਉੱਥੇ ਦੇਖਦਾ ਅਜੇ ਘਰ ਮੇਰੇ ਜਿਹੜੇ ਨੇ ਅਸੀਂ ਘਰ ਚ ਵੱਸਦੇ ਹਾਂ ਘਰਾਂ ਚ ਅਜੇ ਉੱਧਰ ਦੇਖਦੇ ਨੇ ਬੂਹੇ ਗਾੜੀ ਬੇੜੀਆਂ ਹੁੰਦੀਆਂ ਬੜੀਆਂ ਸਲੋੜੇ ਹੁੰਦੇ ਹਨ ਤੇ ਬਹੁਤ ਹਵੇਲੀ ਸਾਡੀ ਬਹੁਤ ਖੁੱਲੀ ਸੀ ਉੱਥੋਂ ਕੋਈ ਨਾ ਨੀ ਥਾਂ ਬਣਦੀ ਤੇ ਸਾਨੂੰ ਕਦੇ ਇਹਦਾ ਸਰਦਾਰਾ ਡੱਕਿਆ ਕਿਸੇ ਨੇ ਅੱਛਾ ਮਾਲ ਡੰਗਰ ਵੀ ਤੁਹਾਡਾ ਖੁੱਲਾ ਸੀ ਖੁੱਲਾ ਖੁੱਲਾ ਹਾਂਜੀ ਉੱਥੇ ਕੋਈ ਲੱਗ ਸਕੇ ਮੇਲਾ ਕਿਹੜਾ ਲੱਗਦਾ ਕੋਈ ਵਧੀਆ ਮੇਲਾ ਜੀ ਗੁੱਲੇ ਸ਼ਾਹ ਦੀ ਮੰਡੀ ਲੱਗਦੀ ਸੀ ਉੱਥੇ ਮੰਡੀ ਬੜੀ ਖੁੱਲੀ ਲੱਗਦੀ ਸੀ ਉਹ ਰਹਿੰਦੀ ਸੀ 15-16 ਦਿਨ ਮੰਡੀ ਬਹੁਤ ਵੱਖਰੇ ਪੁੱਠ ਵਾਰਦੇ ਆਉਣੇ ਮਹੀਆਂ ਵੱਖਰੀ ਆਉਣੀਆਂ ਖੱਚੜਾਂ ਵੱਖਰੀ ਆਉਣੀਆਂ ਫਿਰ ਭੇਡਾਂ ਵੱਖਰੀ ਆਉਣੀਆਂ ਫਿਰ ਰੱਬ ਤੁਹਾਡਾ ਭਲਾ ਕਰੇ ਆ ਜਿਹੜੇ ਪੱਠੇ ਬਣਾਉਣੇ ਕਰਨੇ ਤੇ ਰਾਤ ਨੂੰ ਉੱਥੇ ਜੂਆ ਬੜਾ ਹੁੰਦਾ ਹੁੰਦਾ ਉਹ ਫਟੇ ਅੱਡਾ ਹੀ ਆਉਣੀਆਂ ਉਹਨਾਂ ਤੋਂ ਕੜੇ ਸਟੌੜੇ ਕਰਨੇ ਮੁੰਡਿਆਂ ਕੋਲ ਉਹ ਜਿਹੜੇ ਕੜੇ ਵਿੱਚ ਆ ਜਿਹੜਾ ਪੈਸਾ ਉਹ ਤੇ ਕਿਸੇ ਨੇ ਲੜਾ ਸੀ ਤੇ ਕਦੇ ਖੇਡੇ ਨੀ ਹੋਇਆ ਭਾਵੇਂ ਇਹ ਦੱਸਿਓ ਕਿ ਤੁਸੀਂ ਕਦੀ ਕੋਸ਼ਿਸ਼ ਕੀਤੀ ਮੁੜ ਕੇ ਜਾਣ ਦੀ ਉੱਥੇ ਵੀ ਚਲੋ ਪਿੰਡ ਵੇਖਾਈ ਆਪਣਾ ਤੇ ਆਵੇ ਝੂਠ ਮਾਰੀ ਮੈਂ ਚਲੋ ਜੀ ਤੇ ਕਰਦਾ ਜਾਣ ਨੂੰ ਪਰ ਨਹੀਂ ਆਵੇ ਦਿਲ ਵਜਾ ਕੀ ਗੱਲ ਜੇ ਤੁਹਾਡਾ ਮਨ ਬਣੇ ਜਾਂ ਤੁਹਾਨੂੰ ਉਧਰੋਂ ਕੋਈ ਬੁਲਾ ਲੇ ਜਾਂ ਤੁਹਾਨੂੰ ਕੋਈ ਇਹੋ ਜਿਹਾ ਤੁਹਾਡਾ ਸਬੱਬ ਬਣ ਜੇ ਜਾਣ ਦਾ ਫਿਰ ਜਾਓਗੇ ਆ ਫਿਰ ਚਲ ਜਾਵਾਂਗੇ ਜੀ ਆਪਣਾ ਘਰ ਬਾਰ ਵੇਖ ਸਕਦੇ ਹੋ ਆ ਵੇਖ ਸਕਦੇ ਹਾਂ ਜੀ ਤੇ ਉਂਝ ਕਦੀ ਦਿਲ ਚ ਰੀਝ ਆਈ ਵੀ ਕਦੇ ਮੈਂ ਆਪਣਾ ਪਿੰਡ ਜੰਮਣ ਪਊ ਆਪਣਾ ਉਹ ਜੀ ਗੱਲ ਇੱਥੇ ਮੈਂ ਮੰਨਦਾ ਇਹ ਗੱਲ ਨੂੰ ਜੇ ਤੇ ਕਰਦਾ ਪਰ ਟਾਈਮ ਨੀ ਲੱਗਾ ਕੁੜੀ ਆਖੀ ਦਾ ਚਲੋ ਆਹ ਵੀ ਕਰ ਲਓ ਆਹ ਵੀ ਕਰ ਲਓ ਲੰਬਾ ਸਮਾਂ ਬੜਾ ਬੀਤ ਗਿਆ ਆ ਬਜ਼ੁਰਗਾਂ ਦਾ ਇੱਕ ਬੜਾ ਚੰਗੀ ਗੱਲ ਆ ਕਿ ਇਹਨਾਂ ਦਾ ਪਿੰਡ ਉਹ ਬਿਲਕੁਲ ਬਚਿਆ ਰਿਹਾ ਉਹ ਵੀ ਇਸ ਕਰਕੇ ਬਚ ਰਿਹਾ ਵੀ ਜਿਹੜੇ ਇਹਨਾਂ ਦੇ ਪਿੰਡ ਦੇ ਜ਼ਮੀਨ ਦੇ ਮਾਲਕ ਜਿਨ੍ਹਾਂ ਦੀ ਜ਼ਮੀਨ ਵਾਉਂਦੇ ਸੀ ਨਾ ਕੱਕੇ ਜੇਈ ਦੱਸਦੇ ਨੇ ਕੋਈ ਸੱਤ ਭਰਾ ਸੀ ਮੁਸਲਮਾਨ ਮੈਂ ਇਹਨਾਂ ਨੂੰ ਪੁੱਛਿਆ ਆਉਂਦੇ ਵੀ ਮੇਰੇ ਚੇਤੇ 'ਚ ਵਿਸਰ ਗਏ ਨੇ ਅਤੇ ਇਹ ਉਹਨਾਂ ਦਾ ਬੜਾ ਵਾਰ ਵਾਰ ਧੰਨਵਾਦ ਕਰਦੇ ਨੇ ਕਿ ਉਹਨਾਂ ਦੇ ਕਰਕੇ ਹੀ ਇਹ ਪੰਜਾਬ ਦੀ ਵੰਡ ਤੋਂ ਬਾਅਦ ਵੀ 5-6 ਮਹੀਨੇ ਤੱਕ ਉਸ ਪਿੰਡ 'ਚ ਰਹੇ ਨੇ
ਉਹਨਾਂ ਦੀ ਕਣਕ ਬੀਜਦੇ ਰਹੇ ਨੇ, ਕਹਿੰਦੇ ਵੀ ਅਸੀਂ ਕਣਕ ਬੀਜ ਕੇ ਤੁਰੇ ਹਾਂ, ਸਾਨੂੰ ਉਹਨਾਂ ਨੇ ਆਪ ਲੈ ਕੇ ਤਕਾਏ ਨੇ। ਦੱਸਦੇ ਵੀ ਲਾਗੇ ਇੱਕ ਪਿੰਡ ਸੀਗਾ ਰੰਧਾਵਾ, ਵੀ ਉੱਥੇ ਇਕੱਠੇ ਹੋਏ ਸੀ ਜਥਾ, ਇੱਕ ਪੈ ਗਿਆ ਮੁਸਲਮਾਨ ਭਾਈਚਾਰੇ ਦਾ, ਇਹਨਾਂ ਨੂੰ ਕੋਈ ਸ਼ਰਾਰਤੀ ਅਨਸਰ ਆ ਗਏ ਮਾਰਨ ਵਾਸਤੇ, ਪਰ ਉਹਨਾਂ ਨੇ ਸਾਡੀ ਡਟ ਕੇ ਮਦਦ ਕੀਤੀ ਹੈ ਮੁਸਲਮਾਨ। ਵਾਰ ਵਾਰ ਇਹ ਮੁਸਲਮਾਨ ਜਿਹੜੇ ਉੱਥੋਂ ਦੇ ਲੋਕ ਨੇ ਭਾਈਚਾਰੇ ਦੇ, ਉਹਨਾਂ ਦਾ ਇਹ ਧੰਨਵਾਦ ਕਰਦੇ ਆ, ਉਹਨਾਂ ਦੇ ਕਰਕੇ ਹੀ ਇਹਨਾਂ ਦਾ ਪਰਿਵਾਰ ਸਾਰਾ ਬਚਿਆ ਰਿਹਾ ਅਤੇ ਜਿਹੜਾ ਸੁਰੱਖਿਅਤ ਆ ਉਹ ਆਪਣੇ ਮੁਲਕ ਪਹੁੰਚ ਸਕਿਆ। ਤੁਹਾਨੂੰ ਹੁਣ ਅਸੀਂ ਪਹੁੰਚ ਗਏ ਹਾਂ ਜੀ ਬਾਪੂ ਮਹਿੰਦਰ ਸਿੰਘ ਸਰਾਂ ਹੋਰਾਂ ਦੇ ਘਰ, ਪਿੰਡ ਕਲੀਅਰ ਖੁਰਦ। ਇਹ ਪਰਿਵਾਰ ਜਿਹੜਾ ਜਾਂ ਇਹ ਪਿੰਡ ਆ, ਇੱਥੇ ਜਿਹੜੀ ਬਹੁਤ ਵਰਸੋਂ ਜਿਹੜੀ ਜ਼ਿਮੀਂਦਾਰ ਆ ਲੋਕ, ਉਹ ਸਾਰੇ ਇੱਥੋਂ ਦੇ ਵਸਨੀਕ ਨੇ। ਇਸ ਪਿੰਡ ਦੇ ਇੱਕ ਬੜੀ ਵਿਸ਼ੇਸ਼ਤਾ ਇਹ ਆ ਕਿ ਜਦੋਂ ਸੰਨ 47 ਦੀ ਵੰਡ ਵੇਲੇ ਰੌਲੇ ਪਏ ਨੇ, ਚਾਰ ਸਪੇਰੇ ਜਿਹੜਾ ਜਨੂੰਨੀਆਂ ਦਾ ਸ਼ਰਾਰਤੀਆਂ ਵੱਲੋਂ ਜਿਹੜਾ ਸਾੜ ਫੂਕ ਕੱਟ ਵੱਟ ਜਾਂ ਜਿਹੜਾ ਆਪਸੀ ਦੁਸ਼ਮਣਬਾਜ਼ੀ ਉਹ ਚੱਲ ਰਹੀ ਸੀਗੀ, ਪਰ ਇਸ ਪਿੰਡ ਦੇ ਵਿੱਚ ਬੜੀ ਮੋਹ ਮੁਹੱਬਤ ਨਾਲ ਲੋਕ ਰਹਿ ਰਹੇ ਸੀਗੇ, ਔਰ ਇਹਨਾਂ ਨੇ ਜਿਹੜੇ ਇੱਥੋਂ ਦੇ ਮੁਸਲਮਾਨ ਭਾਈਚਾਰੇ ਲੋਕ ਸੀ ਉਹਨਾਂ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਰੱਖਿਆ ਔਰ ਰੱਖ ਕੇ ਕਿਵੇਂ ਉਹਨੂੰ ਛੱਡ ਕੇ ਆਏ ਨੇ, ਇਹ ਗੱਲ ਬਾਪੂ ਜੀ ਦੇ ਨਾਲ ਉਹਨਾਂ ਦੇ ਕੋਲੋਂ ਹੀ ਸੁਣਦੇ ਹਾਂ। ਬਾਪੂ ਜੀ ਤੁਹਾਡਾ ਪਿੰਡ ਕੀ, ਤੁਹਾਡੇ ਪਿਤਾ ਜੀ ਦਾ ਨਾਂ ਕੀ, ਨਾਂ ਕੀ ਤੁਹਾਡਾ ਜੀ? ਮੇਰੇ ਪਿਓ ਬਾਬੇ ਦਾ ਨਾਂ ਦੱਸ ਦੇਣ, ਹੁਕਮ ਸਿੰਘ ਵਾ, ਪਿਓ ਦਾ ਨਾਂ ਜਾਕਰ ਸਿੰਘ ਵਾ, ਮੇਰਾ ਨਾਮ ਮਹਿੰਦਰ ਸਿੰਘ ਵਾ, ਪਿੰਡ ਕਲੀਅਰ ਖੁਰਦ ਵਾ, ਕਲੀਅਰ ਖੁਰਦ ਜ਼ਿਲ੍ਹਾ ਗੁਰਦਾਸਪੁਰ ਦਾ, ਜ਼ਿਲ੍ਹਾ ਗੁਰਦਾਸਪੁਰ ਦਾ ਨਾਂ। ਅੱਛਾ, ਇਹ ਦੱਸੋ ਕਿ ਜਦੋਂ ਵੰਡ ਹੋਈ ਹੈ ਸੰਨ 47 ਦੀ, ਉਸ ਤੋਂ ਪਹਿਲਾਂ ਪਿੰਡ ਦੇ ਵਿੱਚ ਕਿਹੜੀ ਕਿਹੜੀਆਂ ਬੁਰਾਰੀਆਂ ਵਸਦੀਆਂ ਸੀਗੀਆਂ? ਪਿੰਡ 'ਚ ਪਹਿਲਾਂ ਜਲਾਏ ਸੀ, ਮੋਚੀ ਸੀ, ਸ਼ੀਂਬਾ ਸੀ, ਘਮਿਆਰ ਸੀ। ਨਹੀਂ, ਇਹ ਜਿਹੜੇ ਮੁਸਲਮਾਨ ਭਾਈਚਾਰੇ ਲੋਕ ਸੀ ਉਹ ਕਿਹੜੇ ਕਿਹੜੇ ਰਹਿੰਦੇ ਸੀ ਬੁਰਾਰੀਆਂ? ਮੈਂ ਉਹ ਦੱਸਣ ਡਿਆ। ਅੱਛਾ ਅੱਛਾ ਅੱਛਾ, ਇਹ ਜਲਾਏ ਰਹਿੰਦੇ ਸੀ। ਅੱਛਾ, ਉਹਨਾਂ ਦੇ ਕੋਈ ਨਾਂ ਦੱਸਿਓ, ਕੋਈ ਜਿਹੜੇ ਬੰਦੇ ਹੈਗੇ ਨੇ ਸ਼ੀਂਬੇ ਜਾਂ ਜਿਹੜੇ ਦੂਜੇ ਕੋਈ ਹੈਗੇ ਨੇ? ਸ਼ੀਂਬਾ ਇੱਕ ਦੇ ਲਾਲ ਚੰਦ ਵੀ, ਲਾਲ ਵੀ ਹੈ ਸੀ, ਸ਼ੀਂਬਾ ਵੀ ਸੀ। ਨਹੀਂ, ਜਿਹੜੇ ਲਾਲ ਜਲਾਏ ਹੋਏ ਸੀ ਦੋ। ਅੱਛਾ, ਲਾਲ ਜਲਾ ਵੀ ਸੀ, ਲਾਲ ਜਲਾ ਵੀ ਸੀ ਤੇ ਲਾਲ ਸ਼ੀਂਬਾ ਵੀ ਸੀ ਤੇ ਇੱਕ ਅਲਾਦੀਨ ਘਮਿਆਰ ਸੀ ਤੇ ਜਿਹੜੇ ਬਾਕੀ ਇੱਕ ਹੈਗੇ ਕੋਲੂ ਤੇਲੀ ਉਹਨਾਂ ਨੂੰ ਕਹਿੰਦੇ ਸਾਂ, ਉਹ ਗਾਵਾਂ ਸੀ, ਸੈਨਾ ਸੀ, ਫਿਰੋ ਸੀ। ਹੋਰ ਜਿਹੜੇ ਜਰਾਏ ਸੀ ਉਹ ਅੰਮ੍ਰਿਤਸਰ ਨੌਕਰੀ ਕਰਦੇ ਸੀ, ਧਾਰੀਆ ਮਿਲ 'ਚ ਕਰਦੇ ਸੀ। ਉਹਨਾਂ ਪਿੰਡ ਇੱਕ ਸਾਂਝੀ ਥਾਂ ਬਣਾ ਕੇ ਖੱਡੀਆਂ ਬਣੀਆਂ ਸੀ 8-7 ਇੱਕੋ ਜਗ੍ਹਾ ਤੇ, ਉਹ ਪ੍ਰੇਮ ਨਾਲ ਉਹ ਰਹਿੰਦੇ ਸੀ। ਜਦੋਂ ਪਾਕਿਸਤਾਨ ਬਣਿਆ ਵਾ, ਅਸੀਂ ਪਾਕਿਸਤਾਨ ਦੀ ਮਿਲਟਰੀ ਲਿਆ ਕੇ ਜਿੰਨੇ ਜਲਾਏ ਜਿੰਨੀ ਬਰਾਦਰੀ ਆ ਟਰੱਕ ਲਿਆ ਕੇ ਉਹਨਾਂ ਨੂੰ ਚੜਾ ਕੇ ਘੱਲਿਆ ਵਾ। ਜਦੋਂ ਸੰਨ 47 ਦੀ ਵੰਡ ਦਾ ਮੁਲਕ ਦਾ ਪਤਾ ਲੱਗਿਆ ਵੀ ਬਟਵਾਰਾ ਹੋ ਗਿਆ, ਉਦੋਂ ਫਿਰ ਤੁਹਾਡੇ ਪਿੰਡ 'ਚ ਕੀ ਮਾਹੌਲ ਬਣਾ ਵਾਪਰਿਆ? ਸਾਡੇ ਪਿੰਡ 'ਚ ਮਾਹੌਲ ਇਹ ਵਾਪਰਿਆ, ਇੱਕ ਅਖੰਡ ਜਥਾ ਆ ਗਿਆ ਬੜਾ, ਉਹ ਵੱਢੀ ਜਾਂਦਾ ਵਾ ਤੇ ਅਸਾਂ ਕਿਹਾ ਵੀ ਜੇ ਉਹ ਹਿੰਦੂ ਹੋਣਗੇ ਤੇ ਅਸੀਂ ਅੱਗੇ ਮਰਾਂਗੇ, ਮੁਸਲਮਾਨ ਹੋ ਤੁਸੀਂ ਮਰਿਓ। ਅੱਛਾ, ਉਹ ਜਿਹੜੇ ਇੱਥੇ ਦੇ ਮੁਸਲਮਾਨ ਭਾਈਚਾਰੇ ਲੋਕ ਸੀ ਉਹਨਾਂ ਨੂੰ ਤੁਸੀਂ ਆਪਸ ਬਹਿ ਕੇ ਵਿਚਾਰ ਕਰ? ਬਹਿ ਕੇ ਵਿਚਾਰ ਕਰਕੇ ਬਿਲਕੁਲ ਹਥਿਆਰ ਲੈ ਕੇ ਇੱਕ ਕਤਾਰ 'ਚ ਖਲੋਗੇ ਵੀ ਜੇ ਹਿੰਦੂ ਆਉਣਗੇ ਅਸੀਂ ਮਰਾਂਗੇ, ਜੇ ਪਾਕਿਸਤਾਨ ਮੁਸਲਮਾਨ ਆਉਣਗੇ ਤੇ ਤੁਸੀਂ ਮਰੋਗੇ, ਉਹ ਆਉਂਦੇ ਅਸੀਂ ਮਰਾਂਗੇ। ਇਹਦਾ ਮਤਲਬ ਫਿਰ ਸਪਸ਼ਟ ਹੋ ਗਿਆ ਵੀ ਤੁਹਾਡੀ ਜਿਹੜੀ ਇੱਥੋਂ ਦੇ ਮੁਸਲਮਾਨ ਭਾਈਚਾਰੇ ਲੋਕ ਸੀ ਉਹਨਾਂ ਨੂੰ ਸਾਂਝ ਸੀ, ਬੜੀ ਵੱਡੀ ਬੜੀ ਮੁਹੱਬਤ ਨਾਲ ਠੀਕ ਸੀ। ਹਾਂਜੀ, ਫਿਰ ਜੋ ਜਲਾਇਆ ਸਾਨੂੰ ਪਤਾ ਲੱਗਿਆ ਵੀ ਜਾਣਾ ਪੈਣਾ ਉਹਨਾਂ ਨੂੰ ਤੇ ਅਸੀਂ ਬਟਾਲਿਓ ਜਾ ਕੇ ਮਿੱਟੀ ਲਿਆ ਕੇ ਟਰੱਕ ਲਿਆਂਦੇ ਆ 10। ਅੱਛਾ ਜੀ, 10 ਟਰੱਕਾਂ ਤੇ ਉਹਨਾਂ ਨੂੰ ਹਰ ਚੀਜ਼ ਉਹਨੇ ਘਰੋਂ ਉੱਤੇ ਲੱਦ ਕੇ ਉਹਨਾਂ ਨੂੰ ਇੱਜ਼ਤ ਨਾਲ ਘੱਲਿਆ ਵਾ। ਬਟਾਲੇ ਕੈਂਪ ਤੱਕ ਪਹੁੰਚਾਇਆ। ਫਿਰ ਇੱਕ ਬਰਾਦਰੀ ਹੈਗੀ ਮੋਚੀਆਂ ਦੀ, ਜਿਹੜੇ ਜੁੱਤੀਆਂ ਸੀਂਦੇ ਸੀ, ਉਹ ਆਖਣੇ ਵੀ ਹਾਂ ਜਾਣਾ ਹੀ ਨਹੀਂ, ਪਰ ਇੱਕ ਬੰਦਾ ਮੈਂ ਬਾਹਰ ਗਿਆ ਸੀ ਉਹ ਕਿਸੇ ਨੇ ਮਾਰ ਦਿੱਤਾ ਬਾਹਰ ਦੇ ਨੇ। ਅੱਛਾ, ਤੁਹਾਡੇ ਪਿੰਡ ਨੇ ਨਹੀਂ? ਅੱਛਾ, ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਹੁਣ ਭਾਈ ਤੁਸੀਂ ਇੱਥੇ ਰਹਿ ਨਹੀਂ ਸਕਦੇ, ਅਸੀਂ ਉਹਨਾਂ ਪੂਰਾ ਸਮਾਨ ਥੋੜੇ ਪੈਸਿਆਂ ਨੇ ਵੇਚ ਕੇ, ਉਦੋਂ ਘੋੜੀਆਂ ਹੁੰਦੀਆਂ ਸਮਾਨ ਤੇ ਲੱਦ ਕੇ, ਗਹਿਣਾ ਗੱਟਾ ਪੈਸੇ ਚਾਂਦੀ ਦੇ ਇਹਨਾਂ ਲੋਕਾਂ ਕੋਲ ਬੜੇ ਸੀ, ਉਹ ਬੰਨ ਕੇ ਬਟਾਲੇ ਕੈਂਪ ਕੀ ਛੱਡ ਕੇ ਆਏ ਹਾਂ। ਫਿਰ ਸਾਨੂੰ ਚਿੱਠੀ ਪਾਈ ਆ, ਅਸੀਂ ਜ਼ਿਲ੍ਹਾ ਲੈਲਪੁਰ ਪਿੰਡ ਜੜਾਂ 'ਚ ਅਸੀਂ ਆ ਗਏ ਹਾਂ। ਜੜਾਂ ਦੇ ਲਾਗੇ ਕਿਹੜਾ ਪਿੰਡ ਕੋਲ ਦੱਸ ਲੋ ਮੈਨੂੰ? ਜੜਾਂ ਆਈ ਪਿੰਡ ਦਾ ਨਾਮ, ਜੜਾਂ ਵਾਲਾ ਇਲਾਕਾ, ਉੱਥੇ ਗਏ ਨੇ? ਉੱਥੇ ਗਏ ਨੇ ਜਿਹੜੇ ਮੋਚੀ ਨੇ। ਅੱਛਾ, ਉਹ ਚਿੱਠੀ ਆਈ ਉਦੋਂ ਤੁਹਾਨੂੰ? ਚਿੱਠੀਆਂ ਬੜੀਆਂ ਆਉਂਦੀਆਂ ਨੇ, ਉਸ ਤੋਂ ਬਾਅਦ ਸਾਨੂੰ ਚਿੱਠੀਆਂ ਹਟ ਗਈਆਂ ਨੇ ਤੇ ਸਾਡਾ ਪਿਆਰ ਉਹਨਾਂ ਨੂੰ ਬੜਾ। ਨਾਂ ਕੀ ਇਹਨਾਂ ਦਾ ਪਤਾ ਕੋਈ? ਹਾਂਜੀ, ਕੀ ਨਾਂ ਸੀ? ਉਹਦੇ ਨਾਂ ਸੀ ਗਾਮਾ ਸੀ, ਨਾਜਰ ਸੀ, ਦਹਿਰ ਸੀ, ਇੱਕ ਫੰਗਣ ਸੀ ਉਹਨਾਂ ਦਾ, ਇੱਕ ਬਾਊ ਸੀ, ਮੁਨਸ਼ੀ ਸੀ, ਤੇ ਇਹ ਉਹਨਾਂ ਦੇ ਇਹ ਨਾਂ ਸੀ ਨੱਥੂ ਜਿਹੜਾ ਸੀ ਉਹ ਸਭ ਤੋਂ ਵੱਡਾ ਸੀ। ਨੱਥੂ ਜਿਹੜਾ ਜਿਹੜਾ ਉਹ ਟਾਈਮ ਤੇਲੀ ਸੀ, ਉਹਨਾਂ ਦੇ ਕੋਲ ਨਾਂ ਕੀ ਸੀ? ਤੇਲੀ ਗਾਮਾ ਸੀ,
ਫਿਰੋ ਸੀ, ਸੈਨਾ ਸੀ, ਇਹ ਨਾਂ ਸੀ ਉਹਨਾਂ ਦੇ ਜਿਲ੍ਹਾ। ਫਿਰ ਜਦੋਂ ਇਹ ਜਿੱਦਾਂ ਇੱਥੇ ਕੋਈ ਆਪਸੀ ਕੋਈ ਲੈਣ ਦੇਣ ਤੁਹਾਡਾ ਪ੍ਰੇਮ ਪਿਆਰ ਵਿਆਹ ਸ਼ਾਦੀਆਂ ਵੀ ਉਹਨਾਂ ਦਾ ਖਾਣ ਪੀਣ ਹੈਗਾ ਸੀ? ਸਾਡਾ ਉਹਨਾਂ ਦਾ ਹੈਗਾ ਸੀ ਜੀ। ਅੱਛਾ ਜੀ। ਸਾਂ ਬਰਾਦਰੀ ਤੌਰ ਤੇ ਦੋਸਤ ਜਿਹੜੇ ਸਾਂਝੇ ਹੁੰਦੇ ਸਨ, ਸਾਨੂੰ ਪਤਾ ਨਹੀਂ ਉਹ ਮੁਸਲਮਾਨ ਕਿ ਹਿੰਦੂ ਕੀ ਚੀਜ਼ ਆ, ਅਸੀਂ ਇੱਕੋ ਚੀਜ਼ ਸਮਝਦੇ ਹਾਂ। ਬੱਚਿਆਂ ਨਾਲ ਇਕੱਠੇ ਪੜ੍ਹਦੇ ਹਾਂ ਤੇ ਇਕੱਠੇ ਆਉਂਦੇ ਹਾਂ, ਸਾਡਾ ਬੜਾ ਪਿਆਰ ਸੀ। ਉਹ ਵੀ ਜਾਂਦੇ ਆ ਰੋਂਦੇ ਸੀ, ਅਸੀਂ ਵੀ ਰੋਂਦੇ ਸਾਂ। ਉਸ ਟਾਈਮ ਮਾਹੌਲ ਇਦਾਂ ਦਾ ਮਾਹੌਲ ਆ ਜੀ, ਉਹ ਵੀ ਰੋਂਦੇ, ਅਸੀਂ ਰੋਂਦੇ ਸਾਂ, ਉਹ ਰੋਂਦੇ ਗਏ ਆ, ਅਸੀਂ ਰੋਂਦੇ ਆਪਣੇ ਘਰ ਚ ਬਹਿ ਗਏ। ਜਿਹੜੇ ਉਹ ਜਿਹੜਾ ਬੰਦਾ ਇੱਥੋਂ ਲੈ ਕੇ ਕਤਲ ਹੋ ਗਿਆ, ਉਹ ਕੀ ਕਹਾਣੀ ਵਾਪਰੀ ਸੀ? ਉਹ ਕਹਾਣੀ ਵਾਪਰੀ ਵੀ ਉਹ ਘਰ ਬੈਠੇ ਸੀ ਕਿ ਬਾਹਰੋਂ ਪੁਲਿਸ ਦੇ ਵਿੱਚੋਂ ਭਗੌੜਾ ਸੀ ਇੱਕ ਬੰਦਾ। ਕਿੱਥੋਂ ਦਾ? ਉਹ ਸੀ ਕਲਨੌਰ ਦਾ। ਅੱਛਾ। ਤੇ ਪਿੰਡ ਸੀ ਕਿ ਜਫਰਵਾਲ ਦਾ ਬਦਮਾਸ਼ ਸੀ, ਮਹਿਰਾ ਸੀ, ਸੂਰਤੀ ਉਹਦਾ ਨਾਂ ਸੀ। ਉਹ ਗਏ, ਉਹਨਾਂ ਕੋਲ ਰਫਲ ਸੀ ਤੇ ਉਹਨੂੰ ਆਉਂਦੇ ਵੀ ਖਲੋਜਾ ਤੈਨੂੰ ਮਾਰਦੇ ਨੀ, ਕਿ ਸਾਨੂੰ ਗੱਲ ਦੱਸ। ਉਹਨੇ ਜੋ ਗੱਲ ਦੱਸੀ ਉਹਨਾਂ ਨੂੰ ਗੋਲੀ ਮਾਰ ਕੇ ਦਿੱਤਾ ਮਾਰ। ਉਹਨੂੰ ਫਿਰ ਅਸੀਂ ਆਪਣੇ ਘਰ ਲਾ ਕੇ ਉੱਤੇ ਰੇਜੇ ਦੋ ਪਾ ਕੇ ਖੱਪਣ ਪਾ ਕੇ, ਕਿ ਉਹ ਪਿੰਡ ਦਾ ਉਹ ਦੋਹਤਾ ਸੀ, ਮਤਲਬ ਉਹ ਇੱਥੇ ਨਾਨਕੇ ਆਇਆ ਸੀ, ਨਾਨਕੇ ਆਇਆ ਸੀ। ਤੇ ਉਹਨੂੰ ਉੱਥੇ ਦਫ਼ਨ ਕੀਤਾ, ਉਸੇ ਮੋਚੀਆਂ ਜਿਹਨਾਂ ਨੂੰ ਅਸੀਂ ਬਟਾਲੇ ਛੱਡ ਕੇ ਆਏ, ਇਹ ਦੁੱਖੋ ਵੀ ਤੁਸੀਂ ਸਾਡੇ ਸਾਹਮਣੇ ਮਰੋ ਨਾ, ਅਸੀਂ ਛੱਡ ਕੇ ਆਉਂਦੇ ਹਾਂ। ਬਸ ਉਹ ਫਿਰ ਚਿੱਠੀ ਪੱਤਰ ਆਉਂਦਾ ਰਿਹਾ, 10 ਸਾਲ ਆਉਂਦਾ ਰਿਹਾ। ਰਸਤੇ ਤੁਸੀਂ ਦੱਸਦੇ ਕੀ ਗੱਲ ਹੋਈ? ਰਸਤੇ ਮਿਲ ਲੱਗੇ, ਰਸਤੇ ਵਿੱਚ ਇੱਕ ਜੀ ਸਾਡੇ ਪਿੰਡੋਂ ਕਾਲੇ ਨੰਗਲੇ ਇੱਕ ਪਿੰਡ ਆਉਂਦਾ ਵਾ, ਰਸਤੇ ਬਟਾਲੇ ਜਾਂਦੇ ਕਾਲੇ ਨੰਗਲ ਪਿੰਡ, ਕਾਲਾ ਨੰਗਲ ਪਿੰਡ ਆਉਂਦਾ। ਅਸੀਂ 40 ਬੰਦੇ ਗਏ ਹਾਂ ਆਪਣੇ ਪਿੰਡ ਦੇ ਛੱਡਣ, ਉਹਨਾਂ ਨੂੰ ਛੱਡਣ ਗਏ, ਨਾ ਘੋੜੀਆਂ ਚ ਸਮਾਨ ਰੱਖਿਆ ਉਹਨਾਂ ਦਾ। ਉਥੋਂ ਪਾਕਿਸਤਾਨ ਚੋਂ ਕੁਛ ਬੰਦੇ ਸਿੱਖ ਇੱਥੇ ਆ ਗਏ ਸੀ, ਉਹਨਾਂ ਸਾਨੂੰ ਗਾਲਾਂ ਸਾਡੇ ਵੱਡਿਆਂ ਨੂੰ ਕੱਢੀਆਂ ਕਰਨ ਡਏ ਨੇ, ਤੇ ਉਹ ਮੁਸਲਮਾਨ ਸਹਿਮ ਗਏ। ਸਾਡੇ ਇੱਕ ਲੰਬੜਦਾਰ ਬੂਰ ਸਿੰਘ ਸੀ, ਉਹਨਾਂ ਆਖਿਆ ਮੈਂ ਜ਼ਿੰਦਗੀ ਲੜਿਆ ਨਹੀਂ, ਬਹੁਤ ਵੱਡਾ ਪਹਿਲਵਾਨ ਸੀ। ਉਹਨੇ ਆਖਿਆ ਪਹਿਲੋਂ ਅਸੀਂ ਮਰਾਂਗੇ ਤੇ ਫੇਰ ਮਰਨਗੇ, ਅਸੀਂ 40 ਬੰਦੇ ਪਹਿਲੋਂ ਮਰਾਂਗੇ। ਜਦੋਂ ਮਰਦੇ ਆ ਗਏ ਉਹ ਹਟ ਗਏ ਤੇ ਆਰਾਮ ਨਾਲ ਉਹਨੂੰ ਕੈਂਪ ਬਟਾਲੇ ਛੱਡ ਕੇ ਆਏ। ਤੁਸੀਂ ਕਿਹਾ ਵੀ ਇਹਨਾਂ ਨੂੰ ਅਸੀਂ, ਇਹਨਾਂ ਨੇ ਕੋਈ ਨਹੀਂ ਕੀਤਾ, ਬਦੋਸ਼ੇ ਨੇ ਵਿਚਾਰੇ, ਬਦੋਸ਼ੇ ਨੇ, ਅਸੀਂ ਮਰਾਂਗੇ, ਅਸੀਂ ਲੈਂਦੇ ਨੇ ਘਰੋਂ ਕੱਢ ਕੇ, ਅਸੀਂ ਮਰਾਂਗੇ ਤੇ ਬਾਅਦ ਚ ਮਰਨਗੇ। ਮਤਲਬ ਭਾਈਚਾਰਕ ਸਾਂਝ ਜਾਂ ਜੋ ਸਾਡੇ ਗੁਰੂਆਂ ਦਾ ਸਿਧਾਂਤ ਆ ਵੀ ਸਾਰੇ ਸਾਂਝੀ ਵਾਲਤਾ ਦਾ ਗੱਲ ਗਾ, ਉਹ ਤੇ ਤੁਸੀਂ ਪਹਿਰਾ ਦਿੰਦੇ ਆ। ਜਿਹੜਾ ਮੁਸਲਮਾਨ ਭਾਈਚਾਰੇ ਦੇ ਜਿਹੜੇ ਬਛਿੰਦੇ ਸੀ ਤੁਹਾਡੇ ਪਿੰਡ ਦੇ ਰਹਿਣ ਵਾਲੇ ਲੋਕ ਸੀਗੇ, ਉਹਨਾਂ ਨੂੰ ਤੁਸੀਂ ਬੜੇ ਮੁਹੱਬਤ ਦੇ ਨਾਲ, ਪ੍ਰੇਮ ਦੇ ਨਾਲ, ਬੜੀ ਸੁਰੱਖਿਆ ਦੇ ਕੇ ਉਹਨਾਂ ਨੂੰ ਜਾ ਕੇ ਤੇ ਉਹਨਾਂ ਦੇ ਕੈਂਪ ਚ ਪੁੱਜਦਾ ਕੀਤਾ ਉਹਨਾਂ ਨੂੰ। ਇਹਨਾਂ ਨੂੰ ਜਾਣਦੇ ਆ, ਅੱਜ ਹੀ ਉਹਨਾਂ ਨੂੰ ਯਾਦ ਕਰਨੇ ਆ ਵੀ ਕਿੱਧਰ ਗਏ ਨੇ, ਉਹਨਾਂ ਘਰਾਂ ਸਾਂਝੇ ਹੋਰ ਬਹਿ ਗਏ ਨੇ, ਅਸੀਂ ਆਨੇ ਆ ਉਹਦਾ ਘਰ ਸੀ, ਆ ਉਹਦਾ ਘਰ ਸੀ, ਅਜੇ ਉਹਨਾਂ ਘਰਾਂ ਦੇ ਨਾਂ ਹੀ ਪੁਕਾਰਨੇ। ਹਾਂਜੀ, ਇਹ ਪਿੰਡ ਦੇ ਵਿੱਚ ਕੋਈ ਮਸਜਿਦ ਵੀ ਹੈਗੀ ਸੀ ਜੀ? ਹਾਂਜੀ, ਮਸਜਿਦ ਹੈਗੀ ਸੀ ਜੀ। ਅੱਛਾ। ਉੱਥੇ ਅਲਾਦੀਨ ਦੇ ਬੱਚੇ ਸੀ, ਅੱਲਾ ਦਿੱਤਾ ਦੇ ਬੱਚੇ ਸੀ ਤਿੰਨ, ਜਮਾਲਦੀਨ, ਲਾਲਦੀਨ, ਤੇ ਉਹ ਬਹੁਤ ਮਸਜਿਦ ਦੀ ਸੇਵਾ ਕਰਦੇ ਸੀ, ਬੜੇ ਅੱਛੇ ਬੰਦੇ ਸੀ। ਕਿਹੜੀ ਬਰਾਦਰੀ ਦੇ ਸੀ? ਇਹ ਜਰਾ ਬਰਾਦਰੀ ਦੇ ਸੀ, ਇਹ ਬਹੁਤ ਅੱਛੇ ਬੰਦੇ ਸੀ, ਮੇਰੇ ਵੀ ਘਰਿਆਂ ਦੇ ਕਰੀਬ ਲਾਗੇ ਸੀ, ਉਦੋਂ ਮੈਂ ਜਰਾ 16-17 ਸਾਲ ਦਾ ਹੋਊਂਗਾ। ਇਹ ਪਤਾ ਲੱਗਾ ਕਿੱਥੇ ਜਾ ਕੇ ਬਹਿ ਗਏ? ਇਹ ਗੁਜਰਾਂ ਵਾਲੇ ਜਾ ਕੇ ਬੈਠੇ, ਉਦੋਂ ਹੁਣ ਪਤਾ ਲੱਗਾ ਵੀ ਉੱਥੇ ਜਾ ਕੇ ਬਹਿ ਗਏ ਨੇ, ਉਸ ਤੋਂ ਬਾਅਦ ਚਿੱਠੀ ਪੱਤਰ ਤੋਂ ਬਾਅਦ ਮੁੜ ਕੇ ਸਾਨੂੰ ਨੀ ਪਤਾ ਲੱਗਾ। ਇਹ ਕੀ ਕੰਮ ਕਰਦੇ ਸੀ? ਇਹ ਪਿੰਡ ਖੱਡੀਆਂ ਦਾ ਕੰਮ ਕਰਦੇ ਸੀ, ਧਾਰੀਵਾਲ ਮਿਲ ਚ ਕੰਮ ਕਰਦੇ ਸੀ, ਅੰਮ੍ਰਿਤਸਰ ਕਰਦੇ ਸੀ। ਇਹ ਸਾਡੇ ਜ਼ਿਮੀਂਦਾਰਾਂ ਨੂੰ ਉਮੀਦ ਸੀ ਕਿ ਉਹਨਾਂ ਰੋਜ਼ ਪੈਸਾ ਮਿਲਦਾ ਸੀ, ਸਾਨੂੰ 6 ਮਹੀਨੇ ਫਸਲ ਮਿਲਦੀ, ਸਾਨੂੰ ਕਿਤੇ ਚੰਗੇ ਸੀ। ਮਤਲਬ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਸੀਗੇ, ਇਹ ਬੜੀ ਮੋਹ ਮੁਹੱਬਤ ਵਾਲੇ ਰਹਿਣ ਵਾਲੀ ਗੱਲ ਸੀ। ਦੇਖੋ ਜੀ, ਅਸੀਂ ਇੰਨੀ ਮੁਹੱਬਤ ਸੀ ਸਾਡੀ ਉਹਨਾਂ ਨਾਲ, ਵੱਡਿਆਂ ਵੱਡਿਆਂ ਦੀ ਭਰਾ ਬਣੇ ਸੀ, ਇੱਕ ਦੋ ਵਿਆਹ ਸ਼ਾਦੀ ਜਾਂਦੇ ਹਾਂ, ਉਹ ਤੇ ਹੁਣ ਅੱਜ ਦੁੱਖ ਅਜੇ ਵੀ ਉਹਨਾਂ ਦਾ ਆਉਂਦਾ, ਜਿਹੜੇ ਬੰਦੇ ਜਾਣਦੇ ਆ ਵੀ ਉਹ ਕਿਉਂ ਚੱਲ ਗਏ, ਮੁਲਕ ਚ ਕੀ ਹੋ ਗਿਆ ਵਾ, ਇੰਨਾ ਪਿਆਰ ਸੀ। ਇਹ ਦੱਸੋ ਕਿ ਜਦੋਂ 1947 ਦੀ ਵੰਡ ਤੋਂ ਪਹਿਲਾਂ ਸਾਰੇ ਬੜੇ ਪ੍ਰੇਮ ਨਾਲ ਰਹਿ ਰਹੇ ਸੀ, ਮੋਹ ਮੁਹੱਬਤ ਵਾਲੀ ਗੱਲ ਸੀ, ਕੋਈ ਦਿੱਕਤ ਨਹੀਂ, ਕੋਈ ਮੁਸ਼ਕਿਲ ਨਹੀਂ। 1947 ਦੀ ਵੰਡ ਦਾ ਐਲਾਨ ਹੁੰਦਿਆਂ ਸਾਰ ਹੀ ਇਹ ਜਿਹੜੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ, ਜਾਂ ਜਿਹੜੇ ਸ਼ਰਾਰਤੀ ਲੋਕ, ਲੁਟੇਰੇ ਲੋਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹ ਨਹੀਂ ਕਹਿ ਦਿੰਦੇ ਕਿ ਉਹ ਸਿੱਖ ਸੀ ਜਾਂ ਮੁਸਲਮਾਨ ਸੀ, ਕਿਉਂਕਿ ਸੱਚਾ ਸਿੱਖ ਇੱਦਾਂ ਦਾ ਕੰਮ ਨਹੀਂ ਕਰਦਾ। ਹਾਂਜੀ, ਇਹ ਕਿਉਂ ਵਾਪਰੇ ਗੱਲ? ਇਹ ਗੱਲ ਵਾਪਰੀ ਆ, ਸਾਡੇ ਬੜੇ ਪ੍ਰੇਮ ਸੀ, ਜਿਹੜੇ ਪ੍ਰੇਮ ਨੇ ਝਗੜਾ ਕੋਈ ਨਹੀਂ ਕੀਤਾ, ਬਾਹਰੋਂ ਅੰਸਰੀ ਜਿਹੜੇ ਨਿਕੰਮੇ ਲੋਕ, ਬਨਵਾਸ ਲੋਕ, ਲਟੇਰੇ ਲੋਕ ਸੀ, ਉਹਨੇ ਕੀਤਾ ਵਾ, ਆਪਣੇ ਖੂਨ ਖਰਾਬਾ ਨਹੀਂ ਕੀਤਾ। ਅਸੀਂ ਤਾਂ ਉਹਨਾਂ ਜਾਣ ਦਿੰਦੇ, ਮੈਂ ਮਰਨਾ ਪਹਿਲੋਂ, ਉਹ ਕਹਿੰਦੇ ਅਸੀਂ ਮਰਨਾ ਵਾ, ਪਰ ਕੁਛ ਨਿਕੰਮੇ ਬੰਦੇ ਬਾਹਰੋਂ ਸੀ, ਭੁੱਖੇ ਨੰਗੇ ਜਿਹੜੇ ਲੁਟੇਰੇ ਲੋਕ ਸੀ, ਉਹਨਾਂ ਨੇ ਕੰਮ ਕੀਤਾ, ਅਸੀਂ ਤੇ ਕਰ ਹੀ ਨਹੀਂ ਸਕਦੇ, ਅਸੀਂ ਤੇ ਸਕਿਆ ਭਰਾਵਾਂ ਵਰਗੇ ਸਾਂ, ਸਾਨੂੰ ਤੇ ਉਹਨਾਂ ਨੇ ਤਕਲੀਫ ਦਿੱਤੀ ਆ, ਉਹ ਸਾਨੂੰ ਉਸ ਦਿਨ ਵੀ ਦਰਦ ਹੋਇਆ, ਅੱਜ ਸਾਨੂੰ ਉਹਨਾਂ ਦੀ ਅੱਜ ਵੀ ਦਰਦ ਹੋ।
ਜਿੱਦਾਂ ਤੁਸੀਂ ਦੇਖਣਾ ਚਾਹੁੰਦੇ ਜੇ ਅਸੀਂ ਤੁਹਾਨੂੰ ਦੇਖਣਾ ਚਾਹੁੰਦੇ ਹਾਂ, ਤੁਹਾਨੂੰ ਔਲਾਦ ਕਿਹੜੀ ਆ, ਅਸੀਂ ਉਹਨਾਂ ਸਾਂਝੇ ਵਿਚਾਰ ਕਰੀਏ, ਆਪਣਾ ਮੋਹ ਪਿਆਰ ਜਗਾਈਏ, ਪਰ ਰੱਬ ਅਜਿਹਾ ਸਮਾਂ ਨਹੀਂ ਦੇ ਰਿਹਾ ਸਾਨੂੰ। ਜੇ ਕਿਤੇ ਤੁਹਾਨੂੰ ਮਿਲਣ ਜਾਂ ਤੁਹਾਡਾ ਮਿਲਣ ਦਾ ਤੁਹਾਨੂੰ ਦਿਲ ਕਰਦਾ ਉਹਨਾਂ ਨੂੰ ਆਪਣੇ ਜਿਹੜੇ ਮੁਹੱਬਤ ਵਾਲੇ ਹੁੰਦੇ, ਜੇ ਤੁਹਾਡਾ ਕਿਤੇ ਦਿਲ ਕਰੇ ਅਸੀਂ ਸਰਨਾਵਾਂ ਦਿੰਦੇ ਹਾਂ, ਸਾਡੇ ਕੋਲ ਆਓ, ਫਿਰ ਤੁਹਾਨੂੰ ਪਤਾ ਲੱਗੇ ਵੀ ਸਾਡੇ ਵੱਡਿਆਂ ਦਾ ਤੇ ਇਹਨਾਂ ਵੱਡਿਆਂ ਦਾ ਆਪਸ ਕੀ ਪਿਆਰ ਸੀ, ਕਿਹੋ ਜਿਹੀ ਮੁਹੱਬਤ ਸੀ। ਸਾਡਾ ਪਿੰਡ ਬਹੁਤ ਅੱਛਾ, ਅੱਛੇ ਲੋਕ ਨੇ, ਤੁਸੀਂ ਆ ਕੇ ਦੇਖੋ ਵੀ ਤੁਹਾਡਾ ਪਿੰਡ ਸਾਰਾ ਇਕੱਠਾ ਹੋ ਕੇ ਹਮਦਰਦੀ ਦਊਗਾ। ਨਹੀਂ ਇਹ ਬਾਪੂ ਜੀ ਯਾਦ ਕਰਦੇ ਨੇ ਜਿਹੜੇ ਉੱਧਰ ਦੇ ਲੋਕ, ਜਿਹੜੇ ਉਹ ਉੱਧਰ ਦੇ ਲੋਕ ਨੇ ਨਾ ਜਿਹੜੇ ਇੱਧਰੋਂ ਗਏ ਹੋਏ ਨੇ, ਉਹ ਆਪ ਤਾਂ ਜੇ ਕੋਈ ਫੌਤ ਹੋ ਗਏ ਤਾਂ ਉਹ ਤਾਂ ਅਲੱਗ ਗੱਲ ਆ, ਤੇ ਜੇ ਨਹੀਂ ਤਾਂ ਉਹਨਾਂ ਦਾ ਮਨ ਚ ਉਹ ਬੜੀ ਰੀਝ ਆਪਣੇ ਪਿੰਡ ਵੇਖਦੀ, ਪਰ ਹਕੂਮਤਾਂ ਦੀਆਂ ਗੱਲਾਂ ਇੱਦਾਂ ਦੀਆਂ ਨੇ, ਸਾਡੀ ਵੀਜ਼ਾ ਪ੍ਰਣਾਲੀ ਇੱਦਾਂ ਦੀ ਵੀ ਉਹ ਆ ਜਾ ਨਹੀਂ ਸਕਦੇ। ਦੇਖੋ ਲੰਬਾ ਸਮਾਂ ਬੀਤ ਗਿਆ ਮੁਲਕ ਆਜ਼ਾਦ ਹੋਏ ਨੂੰ, ਅਤੇ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਦੀ ਉਦੋਂ ਬੜੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਸੀ, ਇਹਨਾਂ ਨੂੰ ਉਹ ਸਮਾਂ ਭੁੱਲਦਾ ਨਹੀਂ, ਇਹਨਾਂ ਨੂੰ ਅਜੇ ਵੀ ਉਹ ਯਾਦ ਆਉਂਦੀ ਆ ਕਿਵੇਂ ਉਹ ਬੈਠਦੇ ਸਨ, ਕਿੱਦਾਂ ਮੋਹ ਮੁਹੱਬਤ ਦੇ ਨਾਲ ਉੱਥੇ ਉਹ ਲੋਕ ਰਹਿੰਦੇ ਸੀਗੇ। ਇਹ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਗੱਲ ਨੂੰ ਯਾਦ ਰੱਖਦੇ ਆ, ਔਰ ਇਹਨਾਂ ਦੇ ਮਨ 'ਚ ਕਈ ਵਾਰ ਨਾ ਭਾਵੁਕ ਵੀ ਹੋ ਜਾਂਦੇ ਆ ਜਦੋਂ ਇਹ ਗੱਲ ਕਰਦੇ ਆ ਕਿ ਅਸੀਂ ਕਿਸ ਤਰ੍ਹਾਂ ਰਹਿੰਦੇ ਸਾਂ, ਜਿਹੜਾ ਇਹਨਾਂ ਸਮਾਂ ਦੇਖਿਆ, ਕੰਨਾਂ ਨੂੰ ਹੱਥ ਲਾਉਂਦੇ ਨੇ ਕਿ ਇਹੋ ਜਿਹਾ ਸਮਾਂ ਜਿਹੜਾ ਪਰਮਾਤਮਾ ਕਿਸੇ ਵੀ ਕੌਮ ਨੂੰ, ਕਿਸੇ ਵੀ ਮਜ਼ਹਬ ਨੂੰ, ਕਿਸੇ ਵੀ ਮੁਲਕ ਨੂੰ ਨਾ ਵਿਖਾਏ, ਕਿਉਂਕਿ ਉਹ ਜਿਹੜਾ ਮੌਤ ਦਾ ਤਾਂਡਵ ਨਾਚ ਸੀਗਾ ਇਹਨਾਂ ਨੇ ਅੱਖੀਂ ਦੇਖਿਆ, ਔਰ ਇਹ ਸਭ ਤੋਂ ਵੱਡੀ ਵੱਡੀ ਇਹਨਾਂ ਇਸ ਪਰਿਵਾਰ ਦੀ ਜਾਂ ਇਸ ਪਿੰਡ ਦੀ ਗੱਲ ਆ ਕਿ ਇਸ ਪਿੰਡ ਨੇ ਜਿਹੜਾ ਉਹ ਉੱਥੋਂ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਸੀ, ਜਿਨ੍ਹਾਂ ਦਾ ਬੈਠਿਆਂ ਬੈਠਿਆਂ ਮੋਹ ਮੁਹੱਬਤ ਨਾਲ ਰਹਿੰਦਿਆਂ ਬੜੇ ਸਲੂਕ ਤਫਾਕ ਨਾਲ ਰਹਿੰਦੇ ਰਹਿੰਦਿਆਂ ਜਿਹੜਾ ਵੰਡ ਹੋਣ ਦੇ ਉੱਤੇ ਉਹਨਾਂ ਨੂੰ ਆਪਣੇ ਮੁਲਕ ਵਾਪਸ ਜਾਣਾ ਪੈ ਗਿਆ, ਇਹ ਉਹਨਾਂ ਦੇ ਨਾਲ ਬੜੀ ਦਿਲੋਂ ਮੁਹੱਬਤ ਰੱਖਦੇ ਸੀ, ਅਜੇ ਵੀ ਉਹਨਾਂ ਨੂੰ ਯਾਦ ਕਰਦੇ ਆ। ਅੱਜ ਦਾ ਜਿਹੜਾ ਅਸੀਂ ਗੱਲਬਾਤ ਦਾ ਵਿਸ਼ਾ ਵਾ ਇੱਥੇ ਖਤਮ ਕਰਦੇ ਹਾਂ, ਇਸ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਪਿੰਡ, ਕਿਸੇ ਹੋਰ ਸ਼ਹਿਰ, ਕਿਸੇ ਹੋਰ ਇਹੋ ਜਿਹੇ ਬਜ਼ੁਰਗ ਕੋਲ ਲੈ ਚੱਲਾਂਗੇ, ਉਹਨਾਂ ਕੋਲ ਸੁਣਾਂਗੇ ਵੰਡ ਵੇਲੇ ਦੀ ਗੱਲ ਕਿ ਕਿਵੇਂ ਕਿਵੇਂ ਵਾਪਰਿਆ। ਤੁਸੀਂ ਸਾਰੇ ਇਹ ਜਿਹੜਾ ਸਾਡਾ ਚੈਨਲ ਸਾਂਝ ਪੰਜਾਬ ਦੀ ਆ, ਮੋਹ ਮੁਹੱਬਤ ਵੰਡਣ ਵਾਲਾ ਆ, ਦੋਵਾਂ ਮੁਲਕਾਂ ਦੇ ਬਛਿੰਦਿਆਂ ਨੂੰ ਜਿਹੜੇ ਵਿਛੜ ਚੁੱਕੇ ਆ ਉਹਨਾਂ ਨੂੰ ਮਿਲਾਉਣ ਵਾਲਾ ਇਹ ਸਾਡਾ ਚੈਨਲ ਆ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ, ਆਪ ਦੇਖੋ, ਆਪਣੇ ਜਿਹੜੇ ਹੋਰ ਨੇੜਤਾ ਵਾਲੇ ਲੋਕ ਨੇ ਉਹਨਾਂ ਨੂੰ ਜ਼ਰੂਰ ਇਹ ਜ਼ਰੂਰ ਦਿਖਾਓ। ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਮੋਹ ਮੁਹੱਬਤ ਦੀ, ਪਿਆਰ ਤਫਾਕ ਦੀ, ਕਿ ਕਿਵੇਂ ਉਸ ਟਾਈਮ ਦਾ ਵਾਪਰਿਆ ਸੀਗਾ। ਧੰਨਵਾਦ, ਧੰਨਵਾਦ, ਰੱਬ ਰਾਖਾ, ਸ਼ੁਕਰੀਆ।